ਸਾਡੇ ਸਾਰਿਆਂ ਲਈ ਅੱਜ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਅਸੀਂ ਕ੍ਰਿਸ਼ਨਾ ਕਾਲਜ ਆਫ ਇੰਡੀਅਨ ਮਿਊਜ਼ਿਕ ਐਂਡ ਡਾਂਸ ਲਿਮਿਟਡ ਦੀ ਵਿਧੀਬੱਧ ਸਥਾਪਨਾ ਦੇ ਸੰਬੰਧ ਵਿੱਚ ਆਫੀਸ਼ੀਅਲੀ ਇਨੋਗੁਰੇਸ਼ਨ ਦੇ ਸੰਬੰਧ ਵਿੱਚ ਇਕੱਠੇ ਹੋਏ ਹਾਂ। ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸਾਡੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ, ਤੁਹਾਡਾ ਤਹਿ ਦਿਲੋਂ ਸਵਾਗਤ ਹੈ। ਮੈਂ ਰਾਜਵੀਰ ਸਿੰਘ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਨਾਲ ਆ ਕੇ ਸ਼ਮਾ ਰੋਸ਼ਨ ਕਰਨ ਦੀ ਰਸਮ ਅਦਾ ਕਰਨ। ਭੱਟੀ ਜੀ, ਮਿਸਟਰ ਦਵਿੰਦਰ ਭੱਟੀ ਜੀ ਇਸ ਮੌਕੇ 'ਤੇ ਹਾਜ਼ਰ, ਸਾਰੇ ਸਤਿਕਾਰਯੋਗ ਭੈਣ ਭਰਾਵੋ ਬੱਚਿਓ, ਵਧੀਆ ਲੱਗਿਆ ਡਾਕਟਰ ਮਿਸਿਸ ਭੱਟੀ ਅਤੇ ਮਿਸਟਰ ਭੱਟੀ ਨਾਲ ਰੇਡੀਓ 'ਤੇ ਇੰਟਰਵਿਊ ਕੀਤੀ ਸੀ ਕੁਝ ਸਮਾਂ ਹੋਇਆ। ਇਹਨਾਂ ਦੀਆਂ ਗੱਲਾਂ ਤੋਂ ਔਰ ਇਹਨਾਂ ਦੀ ਸੰਗੀਤ ਪ੍ਰਤੀ ਜਾਣਕਾਰੀ ਤੋਂ ਮੈਂ ਕਾਫੀ ਪ੍ਰਭਾਵਿਤ ਵੀ ਹੋਇਆ। ਇਹ ਗੱਲ ਇਹਨਾਂ ਨੇ ਉਦੋਂ ਦੱਸੀ ਸੀ ਕਿ ਮੈਂ ਜਲਦੀ ਸ਼ੁਰੂ ਕਰ ਰਿਹਾ ਹਾਂ ਔਰ ਜਿੱਥੇ ਸਿੱਖਣ ਸਿਖਾਉਣ ਦਾ ਸਿਲਸਿਲਾ, ਔਰ ਸਭ ਤੋਂ ਵੱਡੀ ਗੱਲ ਕਿ ਸੰਗੀਤ ਵਾਕਈ ਰੂਹ ਦੀ ਖੁਰਾਕ, ਜਿਵੇਂ ਕਿ ਪਹਿਲਾਂ ਇੰਟਰੋਡਕਸ਼ਨ ਵੇਲੇ ਸਾਥੀ ਨੇ ਦੱਸਿਆ ਸੀ, ਔਰ ਇਫ ਮਿਊਜ਼ਿਕ ਬੀ ਦੀ ਫੂਡ ਆਫ ਸੋਲ ਦੈਨ ਪਲੇ ਔਨ ਸ਼ੇਕਸਪੀਅਰ ਦੇ ਆਲਮੋਸਟ ਸਾਰੇ ਪਲੇਜ਼ ਇਸ ਪਹਿਲੀ ਲਾਈਨ ਨਾਲ ਹੀ ਸਟਾਰਟ ਹੁੰਦੇ ਨੇ, ਜਿੱਥੇ ਉਹ ਮੋਜ਼ਿਸ ਦੀ ਜਾਂ ਪਰਮਾਤਮਾ ਦੀ ਇਨਵੋਕੇਸ਼ਨ ਕਰਦੇ ਨੇ, ਉਹਨਾਂ ਨੂੰ ਸੰਬੋਧਨ ਕਰਕੇ ਆਪਣੀ ਗੱਲ ਕਰਦੇ ਨੇ। ਔਰ ਗੱਲ ਗੁਰਬਾਣੀ ਦੀ ਵੀ ਹੋਈ ਸੀ, ਜਿੰਨੇ ਰਾਗਾਂ ਦੇ ਵਿੱਚ ਗੁਰੂ ਮਹਾਰਾਜ ਨੇ ਗੁਰਬਾਣੀ ਦੀ ਰਚਨਾ ਕੀਤੀ ਹੈ। ਛੋੜ ਦੀ ਸਿਰਾ ਤੇ
छोटी सी रात वो लंबी कहानी। पंजाबियां नु माणे अपने पंजाब ते, पंजाबियां नु माणे अपने पंजाब ते, पंजाबियां नु माणे, पंजाबियां नु माणे अपने पंजाब ते। ओ केड़े कम खिलारी तेरी वे चोग मोतियां तुलोए धर्मी बबला हो। मैनू रुत लै दई मुलवे धर्मी बबला वे, हाय धर्मी बबला हो वे धर्मी बाबला। है जिस रुते मेरा गीत गुआचा जी दे गल बिरहों दी गानी, मुख ते किल गमां दे नैनी उजड़े खूह दा पानी। हो जिस रुते मेरा गीत गुआचा जी दे गल बिरहों दी गानी, हाय मुख ते किल गमां दे नैनी उजड़े खूह दा पानी। हाय गीत के जिस दे होठ छुआया, हाय गीत के जिस दे होठ छुआया, जाए कथूरी हुलवे धर्मी बाबला हो मैनू गीत कले दई मुलवे धर्मी बाबला हो वे धर्मी बाबला। हर इंसान दे अंदर एक संगीत वसदा है जिहदे नाल असीं सारी जिंदगी गुजारदे हाँ। मैं सोचदी हाँ संगीत कदे खत्म नहीं होना चाहिए। हर एक दे अपने सपने ने, बच्चों के बजुर्गों के। कई बार ये होंदा कि असीं अपने सपनों नूं साकार नहीं करते, लेकिन ये कदी भी जिस तरह आपां देखिया हुण बच्चों तो लैके उम्र का कोई मेरे ख्याल दे विच एक आपां हमेशा कहने कि जी ये नंबर ही हुंदा, जदों भी तुहाडे मन दे विच होवे चाह होवे कुछ भी करन दी तो सानू करना जरूर चाहिए। दिखता है
ही चंगा मुंडा बलजीत कांटा। सो अज ओदी ऑडियो एंड वीडियो की रिलीजिंग है बलजीत कांटा। गाने ज़्यादा वह सूफियाना गाने लिखता, गाने के बोलने सारी दुनिया सियाणी मूर्ख किनू कहीए, सोच थोड़ी हटके आ। सो मैं बेनती करूँगा गुरदेव सिंह नू, गुरदेव सिंह जी, साहब सिंह गिल, उस्ताद लाडी बराड जी, ते हरदीप ते रिंपी गिल, इस सारे ही आउन ते बलजीत कांटे दी ऑडियो एंड वीडियो रिलीज करिए। ਸਾਡੇ ਸਭ ਦੀ ਹੌਸਲਾ ਅਫਜਾਈ ਕੀਤੀ, ਉਸ ਲਈ ਮੈਂ ਬਹੁਤ ਹੀ ਤੁਹਾਡਾ ਧੰਨਵਾਦ ਹਾਂ। ਮੈਂ 2009 ਵਿੱਚ ਕੈਨੇਡਾ ਆਇਆ ਅਤੇ ਉੱਥੇ ਆ ਕੇ ਜਦੋਂ ਮੈਂ ਇੱਥੇ ਪਹੁੰਚਿਆ ਤਾਂ ਮੇਰੇ ਇੱਕ ਦੋਸਤ ਸੀ ਕੈਪਟਨ ਸਿੰਦਰਪਾਲ ਸਿੰਘ ਅਤੇ ਉਹਨਾਂ ਦੀ ਫੈਮਿਲੀ ਸਰਦਾਰ ਸ਼ਮਸ਼ੀਰ ਸਿੰਘ, ਉਹਨਾਂ ਦੀ ਫੈਮਿਲੀ ਸਰਦਾਰ ਜਸਵੀਰ ਸਿੰਘ, ਇਹਨਾਂ ਅਤੇ ਉਹਦੇ ਜਰਨੈਲ ਸਿੰਘ ਜੀ ਨੇ, ਸਾਰੇ ਫੈਮਿਲੀ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਅਤੇ ਮੈਨੂੰ ਇੱਥੇ ਟਿਕਣ ਵਿੱਚ ਰਹਿਣ ਵਿੱਚ ਹੈਲਪ ਕੀਤੀ। ਸੋ ਇਹਨਾਂ ਦਾ ਮੈਂ ਬਹੁਤ ਹੀ ਧੰਨਵਾਦ ਕਰਦਾ। ਉਸ ਤੋਂ ਬਾਅਦ ਮੈਂ ਆਪਣਾ ਸਫ਼ਰ, ਮਿਊਜ਼ਿਕ ਦਾ ਸਫ਼ਰ ਵੈਨਕੂਵਰ ਤੋਂ ਸ਼ੁਰੂ ਕੀਤਾ। ਕੁਛ ਮੈਨੂੰ ਬੱਚੇ ਵੈਨਕੂਵਰ 'ਚੋਂ ਮਿਲੇ, ਇੱਕ ਦੋ ਉਹਨਾਂ ਨੂੰ ਸਿਖਾਉਣਾ ਸ਼ੁਰੂ ਕੀਤਾ, ਫਿਰ ਮੇਰੇ ਕੁਛ ਬੱਚੇ ਮੈਨੂੰ ਸਾਰੇ 'ਚ ਮਿਲ ਗਏ। ਫਿਰ ਅੱਜ ਜਿਹੜਾ ਜੋ ਵੀ ਕੁਛ ਹੋਇਆ ਇੱਥੋਂ ਦੇ ਜਿਹੜੇ ਸਟੂਡੈਂਟ ਹੈ, ਸਾਰਾ ਕੁਛ ਉਹਨਾਂ ਨੇ ਹੀ ਕੀਤਾ। ਉਹਨਾਂ ਸਾਰਿਆਂ ਨੇ ਰਲ ਕੇ ਆ ਕੇ ਮੈਨੂੰ ਉਤਸ਼ਾਹਿਤ ਕੀਤਾ ਕਿ ਤੁਸੀਂ ਆਪਣਾ ਕਾਲਜ ਖੋਲੋ, ਆਪਣਾ ਕਰੋ, ਅਤੇ ਸਭ ਕੁਝ ਉਹਨਾਂ ਨੇ ਖੁਦ ਹੀ ਬਣਾ ਬਣਾ ਕੇ ਦਿੱਤਾ। ਅਤੇ ਜੋ ਵੀ ਕੁਛ ਹੈ ਮੈਂ ਸਟੂਡੈਂਟ ਦੀ ਬਦੌਲਤੀ ਹਾਂ ਅੱਜ, ਇਸ ਲਈ ਮੈਂ ਸਾਰੇ ਆਪਣੇ ਸਟੂਡੈਂਟਸ ਦਾ ਬਹੁਤ ਧੰਨਵਾਦ ਕਰਦਾ ਹਾਂ ਅਤੇ ਜਿਹੜੇ ਆਏ ਹੋਏ ਮੀਡੀਆ ਦੇ ਪਰਸਨ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਇੱਕ ਬਿਰਲਾ ਗਿੱਲ ਜੀ, ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਅਤੇ ਹਰ ਤਰ੍ਹਾਂ ਕੁਛ ਸਜਾਉਣ ਵਿੱਚ, ਡੈਕੋਰੇਟ ਕਰਨ ਵਿੱਚ। ਬਾਕੀ ਸਾਡੀ ਆਡੀਓ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਮੈਂ, ਵੀਡੀਓ ਵਾਲਿਆਂ ਦਾ ਧੰਨਵਾਦੀ ਹਾਂ, ਸਭ ਨੇ ਜਿਹੜੇ ਬੱਚੇ ਨੇ ਪਾਰਟੀਸਪੇਟ ਕੀਤਾ, ਜਿਹੜੇ ਪੇਰੈਂਟਸ ਨਾਲ ਆਏ, ਮੈਂ ਸਭ ਦਾ ਧੰਨਵਾਦ ਕਰਦਾ ਹਾਂ।